Ponte el este. Hook Topral. Hook mejor. Hook. Para no soltarlos. Lo ਜੀ ਅਸੀਂ ਹੁਣ ਵਾਰਮ ਅਪ ਕਰ ਰਹੇ ਹਾਂ। ਪਹਿਲਾ ਜਿਹੜਾ ਟ੍ਰੇਨਿੰਗ ਹੈ ਇੱਥੇ ਮੈਂ ਰਬਟ ਵੀ ਲਾਇਆ ਹੈ, ਅੰਤੋਨੀਓ ਛੋਰੇ ਦਾ ਨਾਂ ਹੈ, ਬਹੁਤ ਅੱਛਾ ਲੜਕਾ ਹੈ, ਚੈਂਪੀਅਨ ਹੈ ਇਸ ਸੂਬੇ ਦਾ, ਅਤੇ ਮਾਸ਼ਾਅੱਲਾ ਬਹੁਤ ਅੱਛੀ ਟ੍ਰੇਨਿੰਗ ਕਰ ਰਿਹਾ। ਬਸ ਦੁਆ ਕਰਿਆ ਜੇ ਕਿ ਵਰਲਡ ਚੈਂਪੀਅਨਸ਼ਿਪ ਹੋ ਰਹੀ ਹੈ ਬਾਰਸਲੋਨਾ ਵਿੱਚ ਉਹਦੇ ਵਾਸਤੇ, ਅਤੇ ਉਹਦੇ ਵੇਟ ਕੈਟਾਗਰੀ 'ਤੇ ਹੋਵੇ ਤਾਂ ਮੈਂ ਤੁਹਾਨੂੰ ਦੱਸ ਛੱਡਾਂ। ਮੇਰੀ ਕਲਾਸ ਜੇ 80 ਕੈਟਾਗਰੀ ਫਿਲਹਾਲ, ਅਤੇ ਹੁਣ ਮੇਰਾ ਦਿਲ 80 ਵਿੱਚ ਹੀ ਖੇਡੀ ਹੈ, ਅਤੇ ਹੁਣ ਅਸੀਂ ਵਾਰਮ ਅਪ ਕਰ ਰਹੇ ਹਾਂ ਜੀ। Hoy solo tú fuerza, yo no. No, los dos si quieres, pero forza, lento, lento. Fuerza lento. Lo di mal. No, no rápido, lento. Sí, mal. Ah, hook directo. Sí. ¿Ya está? Sí. Mucha fuerza, ¿eh? Toprol ahora. Bueno, tú, yo Toprol, tú lo que quieras. Vale. Tú lo que quieras. Vale, vale, no pasa nada. Yo empiezo. Vale, sí. Oh, no, no. Es que very sad, te Robert bhi hai, mao jao, mashallah, game mod karari chal rahi hai. Jatt, ya so raha hai. Acha. Va, tira. Muñeca recta. Strap. ¿Quieres strap? No, mira. No, no. Si yo hago así, ya es como strap. Vale. Top el hook. Medio primero, middle, recto. Lo que tú quieras ahora. Vale, no pasa nada, tú ready go. Go. Ready go. Oh. Ready go. Strap. Oh. Strap? Sí. Última, ¿eh? Mucho ya, mucho cansado ya. A ver. No, mal, al revés. A ver. Ahora. Otra vez mal. No pasa nada aquí, sí. Da igual. Ya jugar la línea con él, entonces hay que darle. Así, ¿dónde jugar niña? Sí. Tira un poco más. Ahí está bien. Sí, ya está bien. Vale. October. Todo. Y todo. Vale. Cierra mano. Center. Centro de la mesa. Vale. Esto recto. Ready go. Oh, muy rápido, más lento. Vale. Ready go. Oh. Esto recto. Vale. Más recto. Vale. Ready go. Oh. Muy fuerte, ¿eh?
ਵਾਹਿਗੁਰੂ ਗ੍ਰੈਸ਼ੀਅਸ ਓਫ ਮੁਈ ਫੁਰਤੇ ਓਈ ਓਈ ਪੋਕੋ ਫੁਰਤੇ ਸੀ ਨੋ ਮੁਈ ਫੁਰਤੇ ਓਈ ਅੱਛਾ ਵਾਹਲੇ ਯੋ ਪੋਕੋ ਫੁਰਤੇ ਓਈ ਨੋ ਬੁਏਨੋ ਪ੍ਰੈਕਟਿਸਾਂ ਜਾਰੀ ਅਲਾ ਮੈਂ ਨਾ ਕੋਈ ਗੱਲਾਂ ਸ਼ੇਅਰ ਕਰਨੀਆਂ ਨਾ ਆਪਣੇ ਭਰਾਵਾਂ ਨਾਲ ਜਿੰਨੇ ਵੀ ਦੋਸਤ ਬਾਬ ਮੈਨੂੰ ਚੈਲੰਜ ਕਰ ਰਹੇ ਨੇ ਇੱਕ ਤਾਂ ਜਿੰਨੇ ਵੀ ਮੇਰੇ ਹਿੱਟਰ ਨੇ ਨਾ ਹਿੱਟ ਕਰ ਰਹੇ ਨੇ ਉਹਨਾਂ ਦੇ ਦਿਲੇ ਵਿੱਚ ਵੀ ਸੁਣੇ ਉਹ ਰੱਬ ਵਸਦਾ ਮੇਰੇ ਲੋ ਉਹਨਾਂ ਬੰਦਿਆਂ ਨੂੰ ਵੀ ਲਵ ਯੂ ਹੈ ਖੁਸ਼ ਰਹੋ ਬਾਦ ਰਹੋ ਸੋ ਠੀਕ ਹੈ ਮੈਂ ਮੰਨਦਾ ਕਿ ਕੁਝ ਮਾਂ ਬੁਲਾ ਤੇਂਦੇ ਹਨ ਪਿਛਲਿਆਂ ਦਿਨਾਂ ਵਿੱਚ ਮੈਂ ਟ੍ਰੇਨਿੰਗ ਨਹੀਂ ਕਰ ਸਕਿਆ ਇੱਕ ਤਾਂ ਦਾਦਾ ਜਾਨ ਰਹਿੰਦੀ ਸਿਹਤ ਕਾਫੀ ਖਰਾਬ ਆਈ ਔਰ ਘਰੇਲੂ ਤੁਹਾਨੂੰ ਪਤਾ ਕੋਈ ਬੰਦਾ ਵੀ ਜਿਹੜੇ ਬੰਦੇ ਨੂੰ ਕੋਈ ਪਿਆਰਾ ਹੋਵੇ ਨਾ ਉਹ ਬਿਮਾਰ ਹੋਵੇ ਤਾਂ ਬੰਦਾ ਥੋੜ੍ਹਾ ਜਿਹਾ ਜ਼ਿਹਨੀ ਟੈਨਸ਼ਨ ਚੜਾਉਂਦਾ ਅੱਲਾ ਪਾਕ ਉਹਨਾਂ ਨੂੰ ਤੰਦਰੁਸਤੀ ਦੇਵੇ ਦੁਆ ਕਰਾ ਜੇ ਮੇਰੇ ਦਾਦੇ ਨਾਲ ਦੇ ਵਾਸਤੇ ਅਤੇ ਹੋਰ ਵੀ ਘਰੇਲੂ ਟੈਨਸ਼ਨਾਂ ਦੀ ਵਜ੍ਹਾ ਤੋਂ ਮੈਂ ਅੱਗੇ ਤਿਆਰੀ ਨਹੀਂ ਕਰ ਸਕਿਆ ਕਾਫੀ ਵੀਕ ਆਸ ਹੈ ਅਤੇ ਹਰ ਸਪੋਰਟਸਮੈਨ 'ਤੇ ਅਪ ਡਾਊਨ ਦਿਨ ਆਉਂਦੇ ਰਹਿੰਦੇ ਨੇ ਔਰ ਸਦਾ ਵਕਤ ਵੀ ਇੱਕੋ ਜਿਹਾ ਨਹੀਂ ਰਹਿੰਦਾ ਅਤੇ ਔਰ ਦਾਡੀਆਂ ਦੁਆਵਾਂ ਨਾਲ ਗੇਮ ਲਾ ਰਹੇ ਹਾਂ ਅਤੇ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਆਪਣੇ ਪਾਕਿਸਤਾਨ ਨੂੰ ਪ੍ਰਜੈਂਟ ਕਰਦੇ ਹੋਇਆਂ ਬਾਰਸਲੋਨੇ ਦੇ ਵਿੱਚ 13 ਤਰੀਕ ਨੂੰ ਜਿਹੜਾ ਕਿ ਵਰਲਡ ਚੈਂਪੀਅਨਸ਼ਿਪ ਹੋ ਰਹੀ ਹੈ ਆਰਮ ਰੈਸਲਿੰਗ ਦੀ ਉਹਦਾ ਹਿੱਸਾ ਬਣਾਉਂਦਾ ਔਰ ਇਹਦੇ ਤੋਂ ਇਲਾਵਾ ਜਿਹੜੇ ਮੁੰਡੇ ਨਾਲ ਮੈਂ ਟ੍ਰੇਨਿੰਗ ਲਾ ਰਿਹਾ ਇਸ ਮੁੰਡੇ ਦਾ ਨਾਂ ਹੈ ਐਂਟੋਨੀਓ ਔਰ ਇਹ ਮੁੰਡਾ ਇਸ ਸੂਬੇ ਦਾ ਚੈਂਪੀਅਨ ਹੈ ਔਰ ਵੇਟ ਕੈਟਾਗਰੀ ਇਹਦੀ ਮੇਰੀ ਸੇਮ ਹੈ ਅਤੇ ਬਾਕੀ ਲਵ ਯੂ ਜਿਤਨੇ ਵੀ ਸਾਡੇ ਯੰਗ ਅਥਲੀਟ ਨੇ ਗੇਮ ਸ਼ੇਮ ਲਾਓ ਔਰ ਜੁੜੇ ਰਹੋ ਮੇਰੀ ਜਿੱਥੇ ਜਿਹੜੇ ਪਲੇਅਰ ਨੂੰ ਸਪੋਰਟ ਹੋਈ ਜਿਹੜੇ ਹਾਲ ਵਿੱਚ ਵੀ ਮੈਂ ਕਰਾਂਦਾ ਕਸਮ ਰੱਬ ਦੀ ਅੱਲਾ ਗਵਾਏ ਇੱਥੋਂ ਤੱਕ ਪਲੇਅਰਾਂ ਨੂੰ ਸਪੋਰਟ ਕੀਤੀ ਹੈ ਮੈਂ ਕਿ ਮੈਂ ਆਪਣੀ ਮਤਲਬ ਕਿ ਕਦੀ ਨਹੀਂ ਸੋਚਿਆ ਕਿ ਮੈਂ ਇਹ ਮੈਂ ਵੋ ਹਾਂ ਬੰਦੇ ਕਾਫੀ ਕਮੈਂਟ ਕਰ ਰਹੇ ਨੇ ਕਿ ਤੜ ਤੂੰ ਗਰੂਰ ਕਰਦਾ ਮੈਨੇ ਜਿਹੜਾ ਵੀ ਤਰੀਕਾ ਇਖਤਿਆਰ ਕਰਨਾ ਪਵੇ ਕਿਸੇ ਸਪੋਰਟਸਮੈਨ ਨੂੰ ਮਤਲਬ ਕਿ ਪ੍ਰਮੋਟ ਕਰਨ ਵਾਸਤੇ ਔਰ ਉਹ ਮੈਂ ਤਰੀਕਾ ਇਖਤਿਆਰ ਕਰਨਾ ਉਹਦੇ ਵਿੱਚ ਕੋਈ ਸਾਡੇ ਡਾਇਲਾਗ ਹੁੰਦੇ ਨੇ ਮੇਰੇ ਖੁਦ ਕਿ ਹੋ ਯੇ ਵੋ ਸਾਡੇ ਦੇਸੀ ਪੰਜਾਬੀ ਡਾਇਲੋਗ ਔਰ ਉਹਨਾਂ ਡਾਇਲਾਗਾਂ ਨੂੰ ਬੰਦੇ ਸਮਝ ਰਹੇ ਨੇ ਕਿ ਬੰਦਾ ਜਿਹੜਾ ਅੱਜ ਕੱਲ੍ਹ ਮਤਲਬ ਕਿ ਆਪਣੇ ਆਪ ਨੂੰ ਬੜਾ ਕੁਝ ਸਮਝ ਰਿਹਾ ਇਹਦੀ ਕੋਈ ਗੱਲ ਨਹੀਂ ਹੁੰਦੀ ਅਸੀਂ ਪਲੇਅਰ ਹਾਂ ਔਰ ਅਸੀਂ ਹਰ ਬੰਦੇ ਨੂੰ ਪਿਆਰ ਕਰਦੇ ਹਾਂ ਜਿਤਨੇ ਵੀ ਸਾਨੂੰ ਪਿਆਰ ਕਰਦੇ ਨੇ ਤੁਸੀਂ ਖੁਸ਼ ਰਹੋ ਬਾਦ ਰਹੋ ਅਤੇ ਔਰ ਇਹ ਹੰਕਾਰ ਨਹੀਂ ਹੁੰਦਾ ਕਿਉਂਕਿ ਜਿਹੜੀ ਤੁਹਾਡੀ ਬੋਲੀ ਉਹਦੇ ਵਿੱਚ ਜਿਹੜੇ ਤੁਹਾਡੇ ਡਾਇਲਾਗ ਨੇ ਤੁਸੀਂ ਉਹ ਬੋਲੋ ਅਤੇ ਔਰ ਹੰਕਾਰ ਨਹੀਂ ਹੁੰਦਾ ਅਤੇ ਨਾਲੇ ਲਹਿਜਾ ਜਿਹੜਾ ਸਾਡਾ ਮੰਡੀ ਦਾ ਉਹ ਥੋੜ੍ਹਾ ਜਿਹਾ ਨਾ ਵੱਖਰਾ ਉਹਦੇ ਵਿੱਚ ਅਤੇ ਉਹਦੇ ਵਿੱਚ ਬੰਦਾ ਬੋਲੇ ਅਤੇ ਉਹ ਲੱਗਦਾ ਹਾਂਜੀ ਬਾ ਜਿਵੇਂ ਅਗਲੇ ਨੂੰ ਗਾਹੀ ਪਿਆ ਕਰਦਾ ਭਾਵੇਂ ਉਹ ਆਪਣੀ ਚੱਸ ਵਿੱਚ ਬੋਲ ਰਿਹਾ ਹੋਵੇ ਅਤੇ ਬਾਕੀ ਉਹ ਇੱਕ ਹੋਰ ਮੈਂ ਗੱਲ ਕਰਨੀ ਇਹ ਬਥੇਰਿਆਂ ਬੰਦਿਆਂ ਟਿਕਟੋਕ 'ਤੇ ਆਖਿਆ ਕਿ ਇੱਕ ਹਫ਼ਤੇ ਵਿੱਚ ਇਸ 3 ਵਾਰੀ ਮਾਫੀਆਂ ਮੰਗੀਆਂ ਨੇ ਜੇ ਤੋ ਮੇਰੀ ਜਾਨ ਦਿਆਂ ਟੋਟਿਆਂ ਉਹ ਚੀਜ਼ ਨੂੰ ਸਮਝਿਆ ਕਰੋ ਔਰ ਉਹਦੇ ਵਿੱਚ ਚਲੋ ਠੀਕ ਹੈ ਮੈਂ ਵੀ ਕੋਈ ਫਰਿਸ਼ਤਾ ਨਹੀਂ ਇਨਸਾਨ ਕੋਲੋਂ ਮਿਸਟੇਕਾਂ ਹੋ ਜਾਂਦੀਆਂ ਨੇ ਔਰ ਉਹ ਮਾਦਰਤ ਮੈਂ ਤੁਹਾਡੇ ਨਾਲ ਕੀਤੀ ਸੀ ਹੋਰ ਕਿਸੇ ਬੰਦੇ ਅੱਗੇ ਮਾਦਰਤ ਨਹੀਂ ਕੀਤੀ ਅੱਲਾ ਦੀ ਮਖਲੂਕ ਤੋਂ ਡਰ ਸਿਰਫ ਇਸ ਤੋਂ ਹੁੰਦਾ ਕਿ ਉਹ ਪਤਾ ਨਹੀਂ ਕੋਈ ਬੰਦਾ ਅੱਲਾ ਨੇ ਕਿੰਨਾ ਪਿਆਰਾ ਹੋਣਾ ਕੋਈ ਕਿਸੇ ਦਾ ਦਿਲ ਨਾ ਦੁਖਾਵਾਂ ਠੀਕ ਹੈ ਅਤੇ ਅੱਲਾ ਦੀ ਮਖਲੂਕ ਕੋਲੋਂ ਡਰਨਾ ਚਾਹੀਦਾ ਕਿ ਉਹ ਅੱਲਾ ਦੀ ਜ਼ਾਤ ਵਾਸਤੇ ਕਿ ਪਤਾ ਨਹੀਂ ਇਹ ਕਿੰਨੀ ਕੁ ਪਿਆਰੀ ਹੈ ਉਸ ਅੱਲਾ ਨੇ ਇੱਕ ਬੰਦਾ ਹੁਣ ਤੁਸੀਂ ਮਾੜਾ ਬੋਲਦੇ ਹੋ ਤੁਹਾਨੂੰ ਨਹੀਂ ਪਤਾ ਉਹ ਅੱਲਾ ਦੀ ਜ਼ਾਤ ਨੂੰ ਕਿੰਨਾ ਪਿਆਰਾ ਲਿਹਾਜ਼ਾ ਮੈਂ ਜਿਹੜੀ ਮਾਫ਼ੀ ਮੰਗੀ ਉਹ ਉਹਨਾਂ ਬੰਦਿਆਂ ਕੋਲੋਂ ਮੰਗੀ ਹੈ ਜਿਹੜੇ ਸਾਊਦੀ ਅਰਬ ਵਿੱਚ ਬਾਹਰੋਂ ਮੈਨੂੰ ਫੋਨ ਕਰਕੇ ਮੇਰੇ ਵਾਸਤੇ ਦਿਲੀ ਦੁਆਵਾਂ ਕਰਦੇ ਨੇ ਉਹਨਾਂ ਕੋਲੋਂ ਮਾਫ਼ੀ ਮੰਗੀ ਆਈ ਤੁਸੀਂ ਥੋੜ੍ਹਾ ਜਿਹਾ ਅਕਲ ਤੋਂ ਕੰਮ ਲਗਾ ਕਰੋ ਮਾਫ਼ੀ ਮੰਗੀ ਮਾਫ਼ੀ ਮੈਂ ਆਪਣੇ ਆਡੀਅੰਸ ਕੋਲੋਂ ਮੰਗੀ ਆਏ ਮੈਂ ਆਪਣੇ ਚਾਹਣੇ ਵਾਲਿਆਂ ਕੋਲੋਂ ਮੰਗੀ ਹੈ ਜਿਹੜੇ ਮੈਨੂੰ ਦੁਆਵਾਂ ਕਰਦੇ ਨੇ ਜਿਹੜੇ ਮੈਨੂੰ ਪਿਆਰ ਕਰਦੇ ਨੇ ਠੀਕ ਹੈ ਅਤੇ ਔਰ ਬਾਕੀ ਰੌਲਾ ਰੱਪਾ ਹੀ ਕੋਈ ਗੇਮਾਂ ਖੇਲ ਉਹ ਹਿੱਸਾ ਨੇ ਸਾਡਾ ਔਰ ਅਸੀਂ ਹੁਣ ਪ੍ਰਮੋਟ ਕਰਦੇ ਰਹਾਂਗੇ ਔਰ ਜਿਹੜੇ ਵੀ ਹਿਸਾਬ ਕਿਤਾਬ ਨਾਲ ਜਿਹੜੇ ਪਲੇਅਰ ਨੂੰ ਅਸੀਂ ਚਾਹ ਪ੍ਰਮੋਟ ਕਰਾਂਗੇ ਉਹਦੇ ਵਿੱਚ ਕੋਈ ਨੈਗੇਟਿਵ ਨਾ ਸਮਝ ਲਿਆ ਕਰੋ ਇਸ ਇੱਥੋਂ ਤੱਕ ਕਿ ਮੈਂ ਆਪਣੀ ਇੱਜ਼ਤ ਦੀ ਕੁਰਬਾਨੀ ਤੱਕ ਦਿੱਤੀ ਹੈ ਪਲੇਅਰਾਂ ਵਾਸਤੇ ਤੁਸੀਂ ਜਾਣਦੇ ਹੋਣੇ ਹੋ ਕਿ ਉਹ ਬੰਦੇ ਮੈਂ ਤੁਹਾਡੇ ਨਾਲ ਮੁਤਾਰਫ ਕਰਾਏ ਨੇ ਸੋਸ਼ਲ ਮੀਡੀਆ 'ਤੇ ਜਿਨ੍ਹਾਂ ਨੂੰ ਤੁਸੀਂ ਨਾ ਉਹ ਜਾਣਦੇ ਆਪਣੀ ਮਤਲਬ ਕਿ
ਇੱਕ ਕੈਰੀਅਰ ਦੀ ਕੁਰਬਾਨੀ ਦੇ ਕੇ ਸਿਰਫ ਇਸ ਤੋਂ ਕਿ ਉਹ ਵੀ ਹਿੱਟ ਹੋਣ, ਠੀਕ ਹੈ? ਅਤੇ ਉਹਦੇ ਵਿੱਚ ਮੈਨ ਕਾਫੀ ਹਿੱਟ ਮਿਲੀ, ਕਾਫੀ ਨੈਗੇਟਿਵਿਟੀ ਮਿਲੀ, ਕੋਈ ਮਸਲਾ ਨਹੀਂ, ਅੱਲਾ ਇੱਜ਼ਤ ਦੇਣੇ ਵਾਲਾ। ਬਾਕੀ ਲਵ ਯੂ ਸਾਰਿਆਂ ਨੂੰ।